ਦੀ ਪਾਰਟੀ ਸੱਤਾ ਦੇ ਵਿੱਚ ਆਈ ਆ ਤਾਂ ਇਹ ਜਿਹੜਾ ਉਮੀਦ ਜਿਹੜੀ ਉਹ ਅਸੀਂ ਰੱਖਦੇ ਹਾਂ ਕਿਉਂਕਿ ਇਹ ਨਵੇਂ ਨੇ ਨਵੀਂ ਆ ਪਹਿਲੀ ਵਾਰੀ ਸਰਕਾਰ ਸੱਤਾ 'ਚ ਆਈ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵੀ ਉਹ ਲੋਕਾਂ ਦਾ ਭਰੋਸਾ ਜਿਹੜਾ ਉਹ ਨਹੀਂ ਟੁੱਟਣ ਦੇਣਗੇ। नवजोत सिंह सिद्धू जिहड़े कि ईमानदार ने बेदाग ने तो इन्हां दे हथ कमांड आऊगी पर इन्हां नूं भी एक प्रधानगी दी जिम्मेवारी दे के पर इन्हां दे हथ दे विच पावर कोई नहीं होती है कि फिर उही एक ग्रुप सीगा जिहड़ा उह काबज हो गया जिहदे करके तां जिहड़ी ने इंसाफ आ जिहड़ा उह मिलनूं रह गया। अपने प्यो लई इंसाफ मंगे जी पर एक गल एडी छोटी नहीं जिहड़े ही बेदोषे जिहड़े इंसाफ मंगते जिहड़े इन्हां दे गोलियां चला के उन्हां नूं शहीद किया गया उन्हां दे कातलां दे उपर जिहड़ी कारवाई होनी चाहिए। इन्हां दोवां दी हार सारे पंजाब दी हार लोगों का जिहड़ा भरोसा जिहड़ा उह सरकारां ते नहीं रहा इस करके जिहड़े धरने मुजाहरे एजुकेशन जिहड़ियां उह करनियां पैंदियां है इंसाफ मिलता हो फिर धरने मुजाहरे की कोई थान नहीं रहती। इन दोहां की जित पंजाबी तो सारे पंजाबियों की जित होनी है इस जित लई लड़ूंगा अंत तक जब तक सवाल है बस बेटा बस खत्म। ਡਬਲ ਕਲਾ ਗੋਲੀਕਾਂਡ ਨੂੰ ਲੈ ਕੇ ਸ਼ਹੀਦਾਂ ਦਾ ਪਰਿਵਾਰ ਇਨਸਾਫ ਤੇ ਬੈਠਾ ਹੋਇਆ ਹੈ। ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਸਰਕਾਰ ਵੀ ਬਦਲ ਗਈ ਔਰ ਸ਼ਹੀਦਾਂ ਦਾ ਪਰਿਵਾਰ 2015 ਦੀ ਅਗੇ ਲਗਾਤਾਰ ਉਲੀਕ ਕਰ ਰਿਹਾ ਕਿ ਇਨਸਾਫ ਕਦੋਂ ਮਿਲੇਗਾ। ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਮੈਂ ਭੇਜ ਦਿੰਦਾ ਕਾਪੀ ਆਪਣੇ ਪੁੱਤ ਲਈ ਤੇ ਦੂਸਰਾ ਪੁੱਤ ਆਪਣੇ ਪਿਓ ਲਈ ਇਨਸਾਫ ਮੰਗ ਰਿਹਾ ਜੀ। ਪਰ ਇਹ ਗੱਲ ਏਡੀ ਛੋਟੀ ਨਹੀਂ ਜੀ। हरेक पंजाबी का मंग सारा पंजाब सारी पंजाबीयत भी इंसाफ मंग जी। तो मैं एक लाइन च गल खत्म कर देना इन्हों दोवों की हार सारे पंजाब की हार होनी है जी। इन्हों दोवों की जित पंजाबीयत तो सारे पंजाबियों की जित होनी है इस जित लई लड़ूंगा अंत तक जब तक सवाल है बस बेटा बस खत्म हो गया ਸਿੱਧੂ ਸਾਹਿਬ ਕਹਿੰਦੇ ਮੈਂ ਅੰਤ ਤੱਕ ਲੜੂੰਗਾ ਤਾਂ ਅੰਤ ਸਿਆਸੀ ਲੋਕਾਂ ਦਾ ਜਿਹੜਾ ਹੈਗਾ ਉਹ ਅੰਤ ਜਾਂ ਸਿਆਸੀ ਲੋਕਾਂ ਦਾ ਜਿਹੜਾ ਉਤਰਾਅ ਚੜਾ ਕੀ ਹੁੰਦਾ ਆਮ ਆਦਮੀ ਪਾਰਟੀ ਪੰਜਾਬ 'ਚ ਇਸ ਵਕਤ ਸੱਤਾ ਤੇ ਕਾਬਜ਼ਾ ਤਾਂ ਕਾਂਗਰਸ ਦਾ ਜਿਹੜਾ ਹੈਗਾ 2022 ਦੇ ਇਲੈਕਸ਼ਨਾਂ ਦੇ ਵਿੱਚ ਨਤੀਜੇ ਵਜੋਂ ਅੰਤ ਜਿਹੜਾ ਹੈਗਾ ਉਹ ਆਰਜ਼ੀ ਤੌਰ ਤੇ ਦੇਖ ਸਕਦੇ ਆ। ਸਿਆਸੀ ਪਾਰਟੀਆਂ ਲਗਾਤਾਰ ਲੜਦੀਆਂ ਜਿੱਤੀਆਂ ਹਾਰਦੀਆਂ ਰਹਿੰਦੀਆਂ ਨੇ। ਅਕਾਲੀ ਦਲ ਬਾਦਲ ਦੀ ਬੜੀ ਵੱਡੀ ਹਾਰ ਹੋਈ ਆ, ਕਾਂਗਰਸ ਦੀ ਹੋਈ ਹੈ, ਇਹ ਵੀ ਆਪਣੀ ਸੀਟ ਤੋਂ ਬੇਸ਼ੱਕ ਹਾਰ ਗਏ ਨੇ ਪਰ ਵਾਅਦੇ ਜਿਹੜੇ ਆ ਉਹ ਸਿੱਖ ਸੰਗਤਾਂ ਇੱਥੇ ਵੀ ਯਾਦ ਕਰਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਹ ਖਾਧੀ ਸੀ, ਅਕਾਲੀ ਦਲ ਨੇ ਕਿਹਾ ਸੀ ਵੀ ਕਿ ਅਸੀਂ ਜਿਹੜਾ ਹੈਗਾ ਸਿਆਸਤ ਕੀਤੀ ਹੋਵੇ ਜਾਂ ਬੇਅਦਬੀ ਕੀਤੀ ਜਾਂ ਕਰਵਾਈ ਹੋਵੇ ਸਾਡਾ ਕੱਖ ਨਾ ਰਵੇ। ਸਾਡੇ ਨਾਲ ਸ਼ੇਰ ਸਿੰਘ ਘੁਬਾਇਆ, ਸਾਬਕਾ ਐਮਪੀ ਹੈ। ਘੁਬਾਇਆ ਸਾਹਿਬ, ਸਤਿ ਸ੍ਰੀ ਅਕਾਲ। ਤੁਸੀਂ ਵੀ ਇਸੇ ਜਗ੍ਹਾ ਤੇ ਆਏ ਹੋ ਜਿੱਥੇ 2015 'ਚ ਗੋਲੀ ਚੱਲੀ ਸੀ, ਤੁਸੀਂ ਉਸ ਵਕਤ ਅਕਾਲੀ ਸਰਕਾਰ ਸੀਗੇ, ਅੱਜ ਕੀ ਕਹਿਣਾ ਚਾਹੁੰਦੇ ਹੋ? 7 ਸਾਲ ਹੋ ਗਏ ਸ਼ਹੀਦ ਪਰਿਵਾਰ ਇਨਸਾਫ ਨੂੰ ਦੇਖੋ। ਮੈਂ ਉਦੋਂ ਮਿਲਿਆ ਤੇ ਜਿਹੜੀ ਸਰਕਾਰ ਆਈ ਉਹਨੇ ਵੀ ਇਹ ਹੁਣ ਸਾਰੇ ਇਕੱਠੇ ਹੋ ਗਏ ਸਿੱਧੂ ਸਾਹਿਬ ਕੈਪਟਨ ਸਾਹਿਬ ਕਹਿੰਦੇ ਸੀ 4 ਹਫ਼ਤਿਆਂ 'ਚ ਕਰ ਦੂੰਗਾ, 24 ਘੰਟਿਆਂ ਦੇ ਵਿੱਚ ਤੇ ਤੁਹਾਨੂੰ ਲੱਗਦਾ ਵੀ ਇੱਕੋ ਨਹੀਂ ਤੁਹਾਡੀ ਸਰਕਾਰ 'ਚ ਵੀ ਨਹੀਂ ਫੜੇਗੇ ਤਾਂ ਤੁਹਾਡਾ ਕੰਮ ਹੀ ਰਹੀ ਹੈ? ਚੰਨੀ ਕੋਲ 111 ਦਿਨ ਸੀ, ਕਰ ਸਕਦੇ ਸੀ ਉਹ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਸੀ। ਕਰਨ ਨੂੰ ਕੋਈ ਰੋਕ ਲੱਗੀ ਸੀ ਪਰ ਰਾਤ ਨਹੀਂ ਪੁਲਿਸ ਪਰਵਾਹ ਕੇ ਇਸ ਨਵੀਂ ਸਰਕਾਰ ਆਈ ਹੈ ਉਹ ਕਰ ਤਾਂ ਮਗਰ ਕਾਨ ਮਗਰ ਕੋਈ ਨਾ ਕੋਈ ਵੱਡੀ ਕਾਨ ਹੈ ਜਿਹੜੀ ਹਰ ਸਰਕਾਰ ਵਾਅਦੇ ਕਰਦੀ ਹੈ। ਇੱਕੋ ਚੀਜ਼ ਜੋ ਤਾਲਮੇਲ ਕਾਇਮ ਕੀਤਾ ਹੁੰਦਾ ਹੈ ਉਸੇ ਤਰ੍ਹਾਂ ਉਸੇ ਦਾ ਰੋਚ ਨਹੀਂ ਦੀਦੀ ਆਂਦੇ ਵੀ ਤਾਲਮੇਲ ਕਾਇਮ ਕੀਤਾ ਹੁੰਦਾ ਤਾਂ ਹੁਣ ਤਾਲਮੇਲ ਟੁੱਟੂਗਾ ਆਮ ਆਦਮੀ ਪਾਰਟੀ ਸਰਕਾਰ ਆਈ ਕਿ ਨਹੀਂ ਟੁੱਟੂਗਾ? ਕਹਿੰਦੇ ਵੀ ਕੇਜਰੀਵਾਲ ਦੀ ਸਟੇਟਮੈਂਟ ਸੀ ਵੀ 24 ਘੰਟੇ 'ਚ ਮਸਲਾ ਹੱਲ ਹੋ ਸਕਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਵੀ ਕਾਂਗਰਸੀ ਆਗੂਆਂ ਨੂੰ ਯਾਦ ਰੱਖਣੀ ਚਾਹੀਦੀ ਹੈ, ਚੇਤੇ ਰੱਖਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਸੀ ਵੀ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ ਤਾਂ ਪਰਮਲ ਸਿੰਘ ਧੌਲਾ ਧੌਲਾ ਸਾਹਿਬ ਸਤਿ ਸ੍ਰੀ ਅਕਾਲ।
आवाज बुलंद करते आए चाहे असी क्योंकि 2017 आम आदमी पार्टी जी अपोजिशन से हिस्सा तो उस समय तो जो सरदार सिंह सुखपाल सिंह खहरा जी एल ओ पी सी उदो भी लगातार असं कोई हाजरी लगाते रहे हैं मोर्चे के असी काफ़ी पिंड पिंड जाके लोगों नाल जोड़िया इंसाफ की जी आवाज है जी बुलंद की पर सरकार के कन्ना तक नहीं पहुंची है जगह ला लो भी उन्होंने सुन के अनसुनिया करता तो ये दुखदाई आ कुछ मजबूरियां सी जिहदे करके उस पासे आना पिया कोई मसला सी हमेशा ही ये गल जी उठाते रहे कि भी जी बेइंसाफी हुई है गुरु ग्रंथ साहब की बेअदबी हुई है वो इंसाफ मिलना चाहिए और जोड़े ही बेदोषे जे इंसाफ मानते जोड़े जिन्होंने गोलियां चला के उन्होंने शहीद किया गया उन्होंने कातलों के उपर जी कार्रवाई होनी चाहिए जेकर असी इंसाफ नहीं दे पाते तो लोगों का जो भरोसा जो सरकार को सिस्टम को उठ जाएगा और वो होया भी आ सो अज लोगों का जो भरोसा जो सरकार से नहीं रहा इस करके जोड़े धरने मुजाहरे एजुकेशन जो कर पैदा है क्योंकि जो इंसाफ मिलता हो फिर धरने मुजाहर की कोई थान नहीं रही देखो असी उम्मीद करते क्योंकि सानू एहसास होया कैप्टन उतारिया जा रहा उस समय असी शामिल होए सानू इस नवजोत सिंह सिद्धू जिहड़े कि ईमानदार ने बेदाग ने इन्हां दे हथ कमांड आऊगी पर इन्हों भी एक प्रधानगी जिम्मेवारी दे के पर इन्हों के हाथ के पावर कोई नहीं दी है कि फिर उही एक ग्रुप सगा जरा नाबज हो गया जिदे करके जी इंसाफ है जो मिलनों रह गया सो हूँ जो आम आदमी पार्टी सत्ता दे आई आमीद जी असं रखते हैं कि नवे ने नवी आ पहली बार सरकार सत्ता च आई है तो असं उम्मीद करते हैं कि जी वो लोगों का भरोसा जरा नहीं टुटन देंगे और जीडिया उन्होंने आप गल् कही ने इलैक्शन तो पहला जरा अरविंद केजरीवाल कहते कि 24 घंटे के सारे सबूत है इनवैसटीगेशन हो चुकी ने हालांकि ये इनवैसटीगेशन की लड़ नहीं है क्योंकि जितों गोलियां निकलिया जिन्हें बजियां वो भी सामने ने जितों निकलिया वो भी सामने है क्योंकि सरकारी असला से कौन दोषी कौन जिम्मेवार कितों हुक्म हुए वो सारा कुछ वो ऑन रिकॉर्ड हैगा और कितों भी वो कितों मंगन की लड़ नहीं सरकार के कोल है सारे अधिकारी भी उही ने ठीक है ना तो मैनू नहीं लगता कि बड़ा कोई लंबी सोच विचार करने की लड़ हैगी कि सबूत उन्हों को है उन्होंने सबूतों के उत्ते कार्रवाई करने की देरी हैगी सो असी हमेशा ये जी आवाज़ आए हैं सो फिर असी नवजोत सिंह सिद्धू जी के नाल पहुंचे हाँ सो पहला भी लगातार इतने आवाज़ है जी बुलंद करते आए हैं कि सो असी एक बार इतने पहुँच के सरकार को ये याद दवाउण वास्ते आए हैं क्या कि भी ये मसला उही आ जिहड़ा तुसीं पहला विरोधी धिर दे विच तुसीं मतलब चुप उठाते रहे हैं कि सो हुण तुसीं सत्ता दे विच पावर ने पावर का इस्तेमाल करके जिहड़ा तुसीं 24 घंटे का कह रहे हो तुहाडे हुण 10 दिन 20 दिन हो गए सरकार बनी तुसीं महीना 2 महीने लै लो पर यह मसला हल होना चाहिए क्योंकि ये एक अजिहा मसला है अजिहा दर्द है अजि तकलीफ है कि जी कदम खत्म नहीं होगी अंदर सिस्टी जाऊगी अंदर चुभती रहूगी जब तक यदा हल नहीं होता इंसाफ नहीं मिलता लगातार सिख परिवार जुड़े हुए पर प्रचार की रहे लंबा समा सिखी का प्रचार किया 84 तो ला लो नकोदर थोड़ी कांड ला लो बिरली मामला ला लो जिन्हें भी वे कांड हो जो हेठले प्यादे फड़ लेंगे सिपाही फड़ ले पुलिस फड़ ले एस एच फड़ ले पर जो चेहरे होंगे
ਵੱਡੇ ਸਾਜ਼ਿਸ਼ਕਰਤਾ ਹੁੰਦੇ ਆ ਉਹ ਬਚ ਜਾਂਦੇ ਤਾਂ ਲੱਗਦਾ ਵੀ ਇਸ ਵਾਰ ਸਾਜ਼ਿਸ਼ਕਰਤਾ ਜਿਹੜੇ ਹੈਗੇ ਉਹ ਫੜੇ ਜਾਣਗੇ ਜਾਂ ਫੜੇ ਜਾਣੇ ਚਾਹੀਦੇ ਆ ਦੇਖੋ ਗੱਲ ਇਹੀ ਹੈਗਾ ਨਾ ਉਹਦਾ ਕਾਰਨ ਇਹੀ ਹੈ ਕਿ ਵੀ ਜਿਹੜੇ ਜਿਹੜੇ ਅਸਲ ਦੋਸ਼ੀ ਨੇਗੇ ਜਿਹੜੇ ਵੱਡੇ ਦੋਸ਼ੀ ਨੇਗੇ ਉਹਨਾਂ ਦੀ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਸਾਥ ਸੀ ਜਿਵੇਂ ਹੁਣ ਪਹਿਲਾਂ ਸਿੱਧੂ ਸਾਹਿਬ ਨੇ ਕਿਹਾ ਵੀ ਕੈਪਟਨ ਦੇ ਨਾਲ ਜਿਹੜਾ ਉਸ ਸਮੇਂ ਦੀ ਸੱਤਾ ਤੇ ਸੀ ਅਕਾਲੀ ਦਲ ਉਹਨਾਂ ਦੀ ਆਪਸੀ ਸਾਥ ਸੀਗੀ ਰਾਜਨੀਤਿਕ ਸੋ ਉਹਦੇ ਕਰਕੇ ਜਿਹੜਾ ਉਹ ਇਹ ਮਸਲਾ ਜਿਹੜਾ ਉਸੇ ਤਰ੍ਹਾਂ ਲਟਕਦਾ ਰਹਿ ਗਿਆ ਸੋ ਹੁਣ ਅੱਗੇ ਵੀ ਜੇਕਰ ਮਤਲਬ ਕੋਈ ਇਸ ਤਰ੍ਹਾਂ ਦਾ ਇਹ ਮਸਲਾ ਲਟਕਦਾ ਹੈਗਾ ਫਿਰ ਕਿਤੇ ਨਾ ਕਿਤੇ ਇਹ ਵੀ ਸੋਚਿਆ ਜਾਊਗਾ ਕਿ ਵੀ ਇਹਨਾਂ ਦੀ ਵੀ ਕੋਈ ਨਾ ਕੋਈ ਉੱਪਰ ਤਾਰਾਂ ਜੁੜੀਆਂ ਹੋਈਆਂ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਮਜੀਠੀਏ ਤੋਂ ਮਾਫ਼ੀ ਮੰਗੀ ਗਈ ਆ ਕਿ ਠੀਕ ਹੈ ਨਾ ਤਾਂ ਅਮਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਗੁਪਤ ਮੀਟਿੰਗਾਂ ਵੀ ਹੋਈਆਂ ਨੇ ਇਹਨਾਂ ਦੀਆਂ ਸੋ ਉਹ ਫਿਰ ਲੋਕ ਉਸ ਵੱਲ ਨੂੰ ਉਸ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦੇਣਗੇ ਵੀ ਕਿਤੇ ਇਹਨਾਂ ਦੀ ਵੀ ਉੱਪਰਲੀ ਸਾਂਝ ਆ ਜਿਹੜੀ ਉਹ ਪੈ ਗਈ ਆ ਕਿ ਇਸੇ ਕਰਕੇ ਜਿਹੜਾ ਇਨਸਾਫ ਨਹੀਂ ਮਿਲਿਆ ਸੋ ਪਰ ਅਸੀਂ ਭਗਵੰਤ ਮਾਨ ਜੀ ਤੋਂ ਇਹ ਆਸ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਉਤਰਿਓ ਹਮੇਸ਼ਾ ਆਪਣੀਆਂ ਕੈਸਟਾਂ ਦੇ ਰਾਹੀਂ ਇਨਸਾਫ ਦੀ ਬੇਇਨਸਾਫੀ ਦੀ ਭਾਵਕਾਂ ਦੇ ਦੁੱਖ ਦਰਦ ਦੀ ਗੱਲ ਕਰਦੇ ਆਏ ਨੇ ਸੋ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਜੇ ਇਹ ਇਨਸਾਫ ਇਹ ਮਿਲੂਗਾ ਇਹ ਮਸਲਾ ਹੱਲ ਹੋਊਗਾ ਦੋਸ਼ੀਆਂ ਉੱਤੇ ਕਾਰਵਾਈ ਹੋਊਗੀ ਔਰ ਜਿਹੜੇ ਇਹ ਪੀੜਿਤ ਪਰਿਵਾਰ ਨੇ ਇਹਨਾਂ ਨੂੰ ਜਿਹੜਾ ਬਣਦਾ ਕੋਈ ਮੁਆਵਜ਼ਾ ਇਨਸਾਫ ਆ ਜਿਹੜਾ ਉਹ ਮਿਲੂ ਚੋਣਾਂ ਦੇ ਨਤੀਜੇ ਜਿਹੜੇ ਆ ਸੁਖਿੰਦਰ ਰੰਧਾਵਾ ਸੁਣੀ ਜਾਂ ਖੜਕੇ ਜੀ ਆਗੂਆਂ ਦੇ ਬਿਆਨ ਕਹਿੰਦੇ ਵੀ ਸਾਡੀ ਕੀਤੀ ਦਾ ਫਲ ਸਾਨੂੰ ਮਿਲਿਆ ਤੁਸੀਂ ਮੰਨਦੇ ਹੋ ਕਿ ਆਗੇ ਜੀ ਕੀਤੀ ਦਾ ਫਲ ਮਿਲਿਆ ਬਿਲਕੁਲ ਡੈਫੀਨਿਟਲੀ ਤਾਂ ਪਹਿਲੀ ਕਿਹਾ ਹੈਗਾ ਕਿ ਗੁਰੂ ਸਾਹਿਬ ਦੇ ਨਾਲ ਜੋ ਗੱਲ ਕਹਿ ਕੇ ਮੁਕਰੂਗਾ ਤੇ ਉਹਨਾਂ ਦਾ ਹੱਕ ਹੀ ਹੋਣਾ ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਗੱਲਾਂ ਕੀਤੀਆਂ ਸੀ ਫਿਰ ਉਸ ਤੋਂ ਬਾਅਦ ਚੰਨੀ ਸਾਹਿਬ ਨੇ ਵੀ ਕਿਹਾ ਸੀਗਾ ਕਿ ਵੀ ਅਸੀਂ ਦੋਸ਼ੀਆਂ ਨੂੰ ਜਿਹੜਾ ਉਹ ਸਜ਼ਾਵਾਂ ਦੇਵਾਂਗੇ ਪਰ ਉਹਦੇ 'ਚ ਵੀ ਕੁਛ ਨਹੀਂ ਹੋਇਆ ਮਤਲਬ ਉਹ ਅਧਿਕਾਰੀ ਕੋਈ ਨਹੀਂ ਲਾਏ ਗਏ ਜਿਹੜੇ ਇਨਸਾਫ ਦੇ ਸਕਦੇ ਸੀਗੇ ਉਹਦੇ ਲਈ ਸਿੱਧੂ ਸਾਹਿਬ ਨੂੰ ਅਸਤੀਫਾ ਦੇਣਾ ਪਿਆ ਮਤਲਬ ਖਮਿਆਜਾ ਦਾ ਭੁਗਤ ਨਹੀਂ ਪੈਣਾ ਸੀ ਸੋ ਅੱਗੇ ਵੀ ਦੇਖੋ ਇਹਦੇ 'ਚ ਰਾਜਨੀਤੀ ਕਰੂਗਾ ਸਿਆਸਤ ਕਰੂਗਾ ਤਾਂ ਉਹਨੂੰ ਵੀ ਖਮਿਆਜਾ ਭੁਗਤਣਾ ਪੈਣਾ ਪਰ ਜੇ ਅੱਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਕਮੇਟੀ ਦੀ ਕੋਈ ਮੀਟਿੰਗ ਹੁੰਦੀ ਹੈ ਹਾਲਾਂਕਿ ਤੁਸੀਂ ਇਸ ਵਾਰ ਇਲੈਕਸ਼ਨ ਨਹੀਂ ਲੜੇ ਤਾਂ ਉੱਥੇ ਤੁਸੀਂ ਆਵਾਜ਼ ਉਠਾਓਗੇ ਤਾਂ ਇਹ ਖਮਿਆਜਾ ਭੁਗਤ ਕਿਉਂਕਿ ਤੁਸੀਂ ਇੱਕ ਸਿੱਖ ਹੋ ਤੁਸੀਂ ਸਿਆਸੀ ਤੁਹਾਡੇ ਕੋਲ ਸਮਾਂ ਰਿਹਾ 5 ਸਾਲ ਰਾਜ ਕੀਤਾ ਨਹੀਂ ਕੀਤਾ ਸਿੱਖ ਤਾਂ ਤੁਸੀਂ ਰਹੋਗੇ ਪ੍ਰਚਾਰਕ ਤਾਂ ਰਹੋਗੇ ਹੀ ਉੱਥੇ ਆਵਾਜ਼ ਚੁੱਕੋਗੇ ਤੁਸੀਂ ਸਿੱਖਾਂ ਨਾਲ ਕਿਦਾਰੀ ਕੀਤੀ ਹੈ ਦੇਖੋ ਹਰ ਜਗ੍ਹਾ 'ਤੇ ਅਸੀਂ ਆਵਾਜ਼ ਚੁੱਕਾਂਗੇ ਅਸੀਂ ਕਿਸੇ ਪਾਰਟੀਆਂ ਦੇ ਨਾਲ ਬੰਨੇ ਹੋਏ ਨਹੀਂ ਇਸੇ ਕਰਕੇ ਸਾਡੇ ਵਿਚਾਰਕ ਮਤਭੇਦ ਆ ਜਿਹੜੇ ਉਹ ਹੁੰਦੇ ਰਹਿੰਦੇ ਨੇ ਗੇ ਠੀਕ ਹੈ ਨਾ ਇਸੇ ਕਰਕੇ ਸਾਡੀ ਪਾਰਟੀਆਂ ਨਾਲ ਨਹੀਂ ਬਣਦੀ ਪੰਜਾਬ ਦੀ ਗੱਲ ਕਰਨੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਆ ਸੋ ਉਹ ਹਮੇਸ਼ਾ ਕਰਾਂਗੇ ਜਿੱਥੇ ਮਰਜ਼ੀ ਖੜੇ ਹੋਈਏ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਮਸਲਿਆਂ ਦੀ ਗੱਲ ਕਰਦੇ ਰਹਾਂਗੇ ਉਹ ਚਾਹੇ ਕਾਂਗਰਸ ਦਾ ਪਲੇਟਫਾਰਮ ਹੋਵੇ ਜਾਂ ਕੋਈ ਹੋਰ ਹੋਵੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਔਰ ਕਰਦੇ ਰਹਾਂਗੇ।